ਤੁਸੀਂ ਪ੍ਰਿੰਸੀਪਲ ਆਈ ਟੀ? ਹਾਂਜੀ ਮੁੱਖ ਅਧਿਆਪਕ ਆਈ ਟੀ ਖੰਨਾ ਤੇ ਜਲਵੇੜਾ। ਕੀ ਹੈ ਜੀ ਕੁੜੀਆਂ ਦੀ ਆਈ ਟੀ ਆਈ ਕੀ ਦੀ ਹੈ ਜੀ? ਹਾਂਜੀ ਕੁੜੀਆਂ ਦੀ ਆਈ ਟੀ ਆਈ ਹੈ। ਤੇ ਇੱਕ ਜਿਹੜੀ ਵੀਡੀਓ ਵਾਇਰਲ ਜਾਂ ਵੀਡੀਓ ਦੀ ਗੱਲ ਕਰ ਰਹੇ ਤੁਸੀਂ, ਕੀ ਵੀਡੀਓ ਹੈ ਜੀ ਉਹ? ਉਹ ਵੀਡੀਓ ਜੀ ਟੋਟਲੀ ਮੈਨੂਪੁਲੇਟਡ ਆ, ਮੈਨੂੰ ਦਿਖਾਈ ਗਈ ਸੀ 7 ਸੈਕਿੰਡ ਦੀ ਵੀਡੀਓ, ਕਿਸੇ ਨੇ ਮੈਨੂੰ ਫੋਨ ਕਰਕੇ ਬਾਹਰ ਬੁਲਾਇਆ ਸੀ। ਤੇ ਇਹ ਦਾਖਲੇ ਦੇ ਵਿੱਚ ਮੈਂ ਸਟਾਫ ਦੀਆਂ ਡਿਊਟੀਆਂ ਲਾਈਆਂ ਹੋਈਆਂ ਸੀ ਤੇ ਮੇਰੇ ਵਿੱਚ ਕੰਟਰੋਲ ਯੂਨਿਟ ਨਾਲ ਛੇੜ ਛੜ ਕੇ ਵੀਡੀਓ ਬਣਾਈ ਗਈ, ਮੇਰੇ ਦਫ਼ਤਰ 'ਚ ਹੀ ਬਣਾਈ ਗਈ ਹੈ। ਕੀ ਹੈ ਉਹਦੇ ਰਿਗਾਰਡਿੰਗ ਕੁਝ ਕੰਪਲੇਂਟਸ ਵਾ ਕੁਝ? ਮੈਂ SSP ਆਫਿਸ ਨੂੰ ਕੰਪਲੇਂਟ ਕਰ ਚੁੱਕਿਆ, 2 ਦਿਨ ਹੋ ਗਏ ਨੇ। ਸਰ ਇੱਕ ਜਿਹੜੀ ਵੀਡੀਓ ਦੇ ਵਿੱਚ ਦਿਖ ਵੀ ਰਿਹਾ, ਜਿਹੜਾ ਤੁਹਾਡੇ ਪੱਟਾਂ ਦੇ ਉੱਤੇ ਇੱਕ ਲੇਡੀ ਬੈਠੀ ਆ, ਕਿਹਦੀ ਵੀਡੀਓ ਬਣਾਈ ਗਈ, ਕੌਣ ਦਿਖਾਇਆ? ਉਹਦਾ ਫੇਸ ਨਹੀਂ ਸੀ ਦਿਖਾਇਆ ਗਿਆ, ਸਿਰਫ ਉਹਨੂੰ ਬੈਕ ਤੋਂ ਦਿਖਾਇਆ ਗਿਆ ਸੀ, ਜਿਹੜੇ ਕਰਕੇ ਉਹਨੂੰ ਪਛਾਣ ਕਰਨੀ ਔਖੀ ਆ। ਤੇ ਜਿਹੜੇ ਤੁਹਾਨੂੰ ਕੀ ਲੱਗਦਾ ਕਦੋਂ ਦੀ ਵੀਡੀਓ ਹੈ? ਆਹੀ 15 ਦਿਨਾਂ 'ਚ ਦਾਖਲੇ ਸੰਬੰਧੀ ਡਿਊਟੀਆਂ ਲੱਗੀਆਂ ਸੀ, ਅਸੀਂ ਆਉਂਦੇ ਨਹੀਂ ਸੀ, ਦਾਖਲੇ ਵਾਲਾ ਸਟਾਫ ਆਉਂਦਾ ਸੀ। ਤੇ ਕੀ ਜਿਹੜਾ ਹੁਣ ਇਸ ਰਿਗਾਰਡਿੰਗ ਜਿਹੜੇ ਕੈਮਰਾਸ ਵਗੈਰਾ ਤੁਹਾਡੇ ਲੱਗੇ ਆ, ਉਹਦੀ ਜਾਂਚ ਵਗੈਰਾ ਕੀਤੀ ਹੈ ਤੁਸੀਂ? ਜੇ ਕੀਤੀ ਹੈ, ਕਿਉਂਕਿ ਹੁਣ ਸਾਨੂੰ ਨਵੇਂ ਲੇਟੈਸਟ ਕੈਮਰੇ ਮਿਲ ਗਏ, ਪੁਰਾਣਾ ਅਸੀਂ ਸਾਰਾ ਸਮਾਨ ਲਾ ਕੇ ਸੰਭਾਲ ਕੇ ਰੱਖ ਲਿਆ, ਉਹਦੇ 'ਚ ਉਹਨਾਂ ਦੀ ਫੁਟੇਜ ਹੋਊਗੀ। ਥੈਂਕ ਯੂ। ਕੀ ਅੱਗੇ ਕਾਰਵਾਈ ਕਰਨੀ? SSP ਸਾਹਿਬ ਕਰਨਗੇ ਜੀ, ਉਹ ਤਾਂ ਪੁਲਿਸ ਕਰੂ, ਜਿਹਦੀ ਡਿਊਟੀ ਆ ਉਹ ਕਰੂਗਾ।